गैंगस्टर पे आधारित एक और पंजाबी फिल्म जोरा 10 नंबरिया बनके तैयार हो चुकी है। ये फिल्म 1 सितंबर नु सिनेमे घरां विच रिलीज होन जा रही है। फिल्म दी कामयाबी लई फिल्म दी पूरी टीम सचखंड श्री हरमंदर साहिब मत्था टेकन पहुंची, जिथे उन्हां गुरु घर दा शुकराना कीता। पंजाबी फिल्म जोरा 10 नंबरिया दी कामयाबी लई पूरी टीम समेत हरमंदर साहिब पहुंचे अदाकार मुकुल देव ने कहा कि ये फिल्म गैंगस्टर दी जिंदगी ते आधारित है अते बहुत वधिया अदाकारा ने इस विच काम कीता है। इस फिल्म विच धर्मिंदर अते दीप सिद्धू वर्गे दिग्गज अदाकारा ने काम कीता है। मुकुल देव ने दर्शकां नू अपील कीती कि ओ 1 सितंबर नू सिनेमा घरां च जाके ए फिल्म दा आनंद जरूर लैन। ਜਿਵੇਂ ਨਾਂ ਹੈਗਾ ਜੋਰਾ 10 ਨੰਬਰੀਆ, ਉਹ ਡਰੱਗ ਵਰਲਡ, ਅੰਡਰ ਵਰਲਡ, ਗੈਂਗ ਵਰਲਡ ਦੇ ਉੱਤੇ ਬੇਸਡ ਹੈ ਅਤੇ ਇਹਦੇ ਵਿੱਚ ਜਿਹੜੀ ਮੁੱਖ ਭੂਮਿਕਾ ਹੈਗੀ ਉਹ ਹੈਗੀ ਮਿਸਟਰ ਦੀਪ ਸਿੱਧੂ ਦੀ, ਜਿਹੜੇ ਫਿਲਮ ਦੇ ਹੀਰੋ ਹੈਗੇ ਉਹਨਾਂ ਦੇ ਨਾਲ ਮੈਂ ਹੈਗਾ ਮੁਕੁਲ ਦੇਵ, ਅਤੇ ਸਾਡੇ ਨਾਲ ਸਰਦਾਰ ਸੋਹੀ ਜੀ ਅਤੇ ਆਸ਼ੀਸ਼ ਦੁੱਗਲ ਜੀ ਸਾਰੇ ਹੈਗੇ ਫਿਲਮ ਦੇ ਅੰਦਰ, ਹੌਬੀ ਧਾਲੀਵਾਲ ਜੀ ਐਂਡ ਅਬਵ ਆਲ ਨਨ ਅਦਰ ਦੈਨ ਦ ਵਨ ਇਨ ਦੀ ਓਨਲੀ ਦ ਮੈਨ ਮਿਸਟਰ ਧਰਮਿੰਦਰ। ਇਹ ਫਿਲਮ ਆਪਾਂ ਲੈ ਕੇ ਆ ਰਹੇ ਪਹਿਲੀ 1 ਸਪਟੈਂਬਰ 1 ਸਪਟੈਂਬਰ ਨੂੰ, ਅਤੇ ਉਹਦੇ ਲਈ ਆਪਾਂ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕਣਾ ਹੈ। ਬਾਬੇ ਦੀ ਸਾਰੀ ਸਾਡੇ ਉੱਤੇ ਮਿਹਰ ਰਹੇ ਅਤੇ ਫਿਲਮ ਕਾਮਯਾਬ ਹੋ। ਕੁਝ ਨਹੀਂ ਕਿ ਹਰ ਕਿਸਮ ਦੀ ਫਿਲਮਾਂ ਹੁੰਦੀਆਂ, ਗੈਂਗ ਦੀ ਫਿਲਮਾਂ ਹੁੰਦੀਆਂ, ਫੈਮਿਲੀ ਦੀ ਹੁੰਦੀਆਂ, ਮਰਡਰ ਮਿਸਟਰੀ ਹੁੰਦੀ ਹੈ, ਲਵ ਸਟੋਰੀ ਹੁੰਦੀ ਹੈ, ਕਾਮੇਡੀ ਹੁੰਦੀ, ਟ੍ਰੈਜਡੀ ਹੁੰਦੀ ਹੈ। ਇਹ ਸਾਰੀਆਂ ਫਿਲਮਾਂ, ਇਹ ਤਾਂ ਹੈ ਨਹੀਂ ਕਿ ਪੂਰੀ ਫਿਲਮ ਇੰਡਸਟਰੀ 'ਚ ਇੱਕੋ ਹੀ ਗੈਂਗ ਦੇ ਉੱਤੇ ਫਿਲਮ ਬਣੀ ਹੋਵੇ। ਗੈਂਗ ਵਰਲਡ, ਗੈਂਗ ਵਾਰਸ ਦੇ ਉੱਤੇ ਬੜੀਆਂ ਫਿਲਮਾਂ ਬਣੀਆਂ, ਹਾਲੀਵੁੱਡ 'ਚ ਵੀ ਬਣੀਆਂ, ਬਾਲੀਵੁੱਡ 'ਚ ਵੀ ਬਣੀਆਂ। ਜਿਹੜੇ ਡਾਇਰੈਕਟਰ ਹੁੰਦੇ ਉਹਨਾਂ ਦਾ ਨਜ਼ਰੀਆ ਅੱਡ ਅੱਡ ਹੁੰਦਾ। ਇੱਕ ਬੰਦਾ ਗੈਂਗ ਵਾਰ ਨੂੰ ਕਿਵੇਂ, ਜਿਵੇਂ ਵਾਰ ਫਿਲਮਸ ਹੈਗੀ, ਕਿੰਨੀਆਂ ਵਾਰ ਫਿਲਮ ਦੇਖੀਆਂ ਆਪਾਂ, ਹਾਲੀਵੁੱਡ 'ਚ ਵੀ ਕਿੰਨੀਆਂ ਬਣੀਆਂ, ਬੰਬੇ 'ਚ ਵੀ ਕਿੰਨੀਆਂ ਬਣੀਆਂ, ਪਰ ਉਹ ਨਜ਼ਰੀਆ ਡਾਇਰੈਕਟਰ ਦਾ ਅਲੱਗ ਹੁੰਦਾ, ਕਹਾਣੀ ਅਲੱਗ ਹੁੰਦੀ ਹੈ, ਉਹਦਾ ਪ੍ਰੇਮਾਈਸ ਜਿਹਨੂੰ ਕਹਿੰਦੇ, ਉਹਦੇ ਇਰਦ ਗਿਰਦ ਉਹਦਾ ਜਿਹੜਾ ਮਾਹੌਲ, ਜਿਹੜੀ ਦੁਨੀਆ ਹੈ, ਉਹ ਸਿਰਫ ਗੈਂਗ ਵਰਲਡ ਹੈ, ਕਹਾਣੀ ਉਹ ਨਹੀਂ, ਕਹਾਣੀ ਅਲੱਗ ਹੈ। ਮੈਂ ਅੱਜ ਬਹੁਤ ਦਿਨਾਂ ਬਾਅਦ ਆਇਆ ਗੁਰੂ ਘਰ ਆਇਆ ਮੈਂ, ਅਤੇ ਮੈਂ ਇੱਕ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨੇ ਜਿਹੜੇ ਰੋਡਸ ਇੱਥੇ ਠੀਕ ਕੀਤੇ ਆ, ਅਤੇ ਪੂਰਾ ਇੱਕ ਨਵਾਂ ਲੁੱਕ ਦਿੱਤਾ ਹੈ ਗੁਰੂ ਘਰ ਨੂੰ ਵੀ, ਅਤੇ ਜਿਹੜੇ ਇਹਦਾ ਬਾਹਰ ਦਾ ਜਿਹੜਾ ਇਲਾਕਾ ਹੈ, ਅੰਦਰ ਆਉਣ ਦਾ ਜਿਹੜੀ ਦੁਕਾਨਾਂ ਹੈਗੀਆਂ ਸਾਰੀਆਂ, ਐਂ ਲੱਗਦਾ ਜਿਵੇਂ ਤੁਸੀਂ ਲੰਡਨ 'ਚ ਆ ਗਏ ਹੋ 2 ਮਿੰਟ ਲਈ, ਅਤੇ ਇਹ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਹਮੇਸ਼ਾ ਸੋਚਦਾ ਸੀ ਇਟਸ ਅ ਵਰਲਡ ਫੇਮਸ ਪਲੇਸ, ਇਟਸ ਅ ਵਰਲਡ ਟੂਰਿਸਟ ਸਪੋਟ, ਬਾਹਰੋਂ ਲੋਕ ਆਉਂਦੇ ਆ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਹਾਂ ਵੀ ਇੰਡੀਆ ਦੀ ਸ਼ਾਨ ਹੈ, ਅਤੇ ਅਦਰਵਾਈਜ਼ ਨੋਟ ਦੈਟ ਮੈਨੂੰ ਮੈਟਰ ਕਰਦਾ, ਜੇ ਨਾ ਵੀ ਕਰਦੇ ਤਾਂ ਵੀ ਮੈਂ ਤਾਂ ਆਉਣਾ ਹੀ ਆਉਣਾ ਸੀ। ਬਟ ਬਹੁਤ ਅੱਛਾ ਲੱਗਿਆ ਦੇਖ ਕੇ, ਬਹੁਤ ਸੁੰਦਰ ਹੈ, ਬਹੁਤ ਜ਼ਿਆਦਾ ਸੁੰਦਰ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰ ਪਲ ਇੰਡੀਆ ਲਈ।